ਲਹਿਰਾ ਗਾਗਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ। ਐਕਸੀਡੈਂਟ ਇੱਕ ਕਾਰ ਅਤੇ ਇੱਕ ਸਕੂਟਰੀ ਦੀ ਟੱਕਰ ਹੋਈ ਆ। ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਆ ਕਿ ਇੱਕ ਸਕੂਟਰੀ ਸਵਾਰ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਆ। ਤਾਂ ਸਕੂਟਰੀ ਦੇ ਉੱਪਰ ਦੋ ਨੌਜਵਾਨ ਸਵਾਰ ਸਨ ਜਿਹੜੇ ਕਿ ਕੈਂਚੀਆਂ ਵਾਲੇ ਪਾਸੇ ਤੋਂ ਲਹਿਰਾ ਗਾਗਾ ਵੱਲ ਜਾ ਰਹੇ ਸੀ ਅਤੇ ਇੱਕ ਕਾਰ ਸੀ ਜਿਹੜੀ ਲਹਿਰਾ ਗਾਗਾ ਪਾਸੇ ਤੋਂ ਆ ਰਹੀ ਸੀ। ਤਾਂ ਦੋਵਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਆ। ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਆ ਕਿ ਕਾਰ ਕਈ ਮੀਟਰ ਤੱਕ ਸਕੂਟਰੀ ਨੂੰ ਆਪਣੇ ਨਾਲ ਘੜੀਸਦੀ ਹੋਈ ਲੈ ਕੇ ਗਈ ਆ। ਤਾਂ ਉਸ ਟੱਕਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ, ਦੂਜਾ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ। ਪਰ ਇਲਾਜ ਦੌਰਾਨ ਉਸ ਨੌਜਵਾਨ ਦੀ ਹਾਲਤ ਆ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਆ। ਤਾਂ ਬਿੱਕਰ ਸਿੰਘ ਮ੍ਰਿਤਕ ਦੀ ਪਛਾਣ ਹੋਈ ਆ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਆ ਅਤੇ ਜਿਹੜਾ ਕਿ ਵਿਆਹਿਆ ਹੋਇਆ ਜਿਸ ਦੇ ਬੱਚੇ ਵੀ ਸਨ। ਕਹਿ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਘਰਾਂ ਦੇ ਵਿੱਚ ਖੁਸ਼ੀਆਂ ਮਨਾਉਣੀਆਂ ਸੀ ਤਾਂ ਇੱਕ ਘਰ ਦੇ ਵਿੱਚ ਸੱਥਰ ਵਿਛ ਗਏ ਨੇ, ਮਾਤਮ ਛਾ ਗਿਆ ਕਿਉਂਕਿ ਇੱਕ ਨੌਜਵਾਨ ਦੀ ਮੌਤ ਆ ਜਿਹੜੀ ਉਹ ਹੋਈ ਆ। ਤਾਂ ਨੌਜਵਾਨ 30 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਜਿਹੜਾ ਕਿ ਵਿਆਹਿਆ ਹੋਇਆ ਸੀ, ਜਿਸ ਦੇ ਬੱਚੇ ਸਨ ਅਤੇ ਇੱਕ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਗੁਆ ਚੁੱਕਾ। ਤਾਂ ਇਹ ਲਹਿਰਾ ਗਾਗਾ ਤੋਂ ਮੰਦਭਾਗੀ ਖਬਰ ਆ ਜਿਹੜੀ ਉਹ ਸਾਹਮਣੇ ਆ ਰਹੀ ਆ। ਗਲਤੀ ਆ ਜਿਹੜੀ ਉਹ ਕਾਰ ਵਾਲੇ ਦੀ ਦੱਸੀ ਜਾ ਰਹੀ ਆ ਕਿਉਂਕਿ ਕਾਰ ਸਵਾਰ ਜਿਹੜੇ ਨੌਜਵਾਨ ਸੀ ਉਹ ਬੜੀ ਹੀ ਤੇਜ਼ ਰਫ਼ਤਾਰ ਦੇ ਨਾਲ ਆ ਰਹੇ ਸੀ ਅਤੇ ਇਸ ਤੇਜ਼ ਰਫ਼ਤਾਰ ਕਰਕੇ ਉਸਨੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਆ ਅਤੇ ਇੱਕ ਨੌਜਵਾਨ ਦੀ ਮੌਕੇ ਦੇ ਉੱਪਰ ਮੌਤ ਹੋਈ ਆ। ਮ੍ਰਿਤਕ ਦੀ ਪਛਾਣ ਬਿੱਕਰ ਸਿੰਘ ਵਜੋਂ ਹੋਈ ਆ ਜਿਸ ਦੀ 30 ਸਾਲ ਉਮਰ ਦੱਸੀ ਜਾ ਰਹੀ ਆ। ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਆ, ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਕੂਟਰੀ ਜਿਹੜੀ ਪੂਰੀ ਤਰ੍ਹਾਂ ਚੱਕਣਾ ਚੂਰ ਕਰ ਦਿੱਤੀ ਗਈ ਆ, ਜਿੱਥੇ ਤੱਕ ਕਿ ਜਿਹੜੀ ਗੱਡੀ ਸੀ ਉਸਦੇ ਮੁਰਲੇ ਟਾਇਰ ਵੀ ਜਿਹੜੇ ਪੂਰੀ ਤਰ੍ਹਾਂ ਫਟ ਚੁੱਕੇ ਨੇ, ਐਕਸਲਾ ਜਿਹੜਾ ਉਹ ਵੀ ਟੁੱਟ ਚੁੱਕਿਆ। ਤਾਂ ਬੜੀ ਹੀ ਜ਼ਬਰਦਸਤ ਇਹ ਟੱਕਰ ਹੋਈ ਹੈ ਅਤੇ ਇਸ ਟੱਕਰ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਹੈ। ਸਕੂਟਰੀ ਵਾਲਾ ਲਹਿਰੇ ਧੋਤੀ ਗਈ, ਇਹ ਆਇਆ ਕਿੱਧਰੋਂ ਸੀ? ਇਹ ਉਰੇ ਕੈਂਚੀਆਂ 'ਚ ਦੁਕਾਨ ਹੈ ਜੀ ਇਹਦੀ, ਉਹਦਾ ਕੰਮ ਕਰਦਾ ਜੀ ਬਿਲਡਿੰਗ ਬੁਲਡਿੰਗ ਦਾ, ਸ਼ੈੱਡਾਂ ਸ਼ੁੱਡਾਂ ਦਾ। ਕੀ ਨਾਮ ਇਸ ਬੰਦੇ ਦਾ? ਬੀਕਰ ਆ ਜੀ। ਬੀਕਰ, ਹਾਂ। ਅੱਛਾ, ਇਹ ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 8:30-9 ਵਜੇ ਦੀ ਘਟਨਾ ਜੀ। ਹਾਂਜੀ, ਇਹ ਕੈਂਚੀਆਂ ਤੋਂ ਆ ਰਿਹਾ ਸੀ? ਕੈਂਚੀਆਂ 'ਚੋਂ ਆ ਰਿਹਾ, ਤੀਰੂ ਨੂੰ ਵਿਚਾਰਾ। ਅੱਛਾ, ਇਹ ਗੱਡੀ ਬੀਕਰ ਆ ਜਿਹੜਾ ਉਰਲੇ ਪਾਸੇ? ਹਾਂ ਹਾਂ, ਉਹ ਹੈ। ਅੱਛਾ, ਐਕਸੀਡੈਂਟ ਹੋਇਆ ਕਿਵੇਂ ਇਹ? ਇਹ ਗੱਡੀ ਵਾਲਾ ਇੱਧਰਲੀ ਸਾਈਡ, ਇਹਦੀ ਇੱਧਰਲੀ ਸਾਈਡ ਤੀ ਇੱਧਰੋਂ ਜਾ ਰਿਹਾ ਸੀਗਾ ਜੀ, ਗੱਡੀ ਵਾਲੇ ਨੇ ਇੱਧਰੋਂ ਆਉਣਾ ਸੀ, ਇੱਧਰ ਹੀ ਗੱਡੀ ਕਰਤੀ, ਗੱਡੀ ਵਾਲੇ ਨੇ ਗਲਤੀ ਦੱਸ ਦੇਣੀ। ਅੱਛਾ, ਗੱਡੀ ਆਈ ਕਿੱਧਰੋਂ ਸੀ? ਗੱਡੀ ਤਾਂ ਉੱਧਰੋਂ ਲੈ ਰਹੇ ਕਿ ਨਹੀਂ ਦੱਸ ਰਹੇ ਨੇ ਜੀ, ਉਹ ਖੜੀ ਹੈ ਗੱਡੀ ਸਾਹਮਣੇ ਹੀ ਦੇਖਦੇ। ਇਹ ਬੰਦਾ ਜਦੋਂ ਤੁਸੀਂ ਦੇਖਿਆ ਉਦੋਂ ਮਰਿਆ ਹੋਇਆ ਸੀ? ਕਹਿੰਦੇ ਤਾਂ ਐਵੇਂ ਨੇ ਜੀ, ਉਦੋਂ ਆਪਾਂ ਮੌਕੇ 'ਤੇ ਤਾਂ ਨਹੀਂ ਆਏ ਜੀ, ਉਹ ਸਾਰੇ ਹੀ ਦੱਸ ਰਹੇ ਨੇ ਕਹਿੰਦੇ। ਓਕੇ, ਕੀ ਨਾਮ ਹੈ ਬਾਈ ਆਪਣਾ? ਤਰਸੇਮ। ਤਰਸੇਮ, ਕਿਹੜਾ ਪਿੰਡ ਆਪਣਾ ਬਾਈ? ਬੜੀ ਬਟਾਲਾ। ਬੜੀ ਬਟਾਲਾ। ਇਹ ਐਕਸੀਡੈਂਟ ਜਿਹੜਾ ਬੰਦੇ ਦੀ ਮੌਤ ਹੋਈ, ਇਹਦਾ ਨਾਂ ਕੀ ਸੀ? ਬਿੱਕਰੀ। ਇਹਦੇ ਬਾਪ ਨਾਂ? ਮੱਖਾ ਜੀ। ਮੱਖਾ, ਅਮਰਜੀਤ ਕਹਿੰਦੇ। ਹੈਂ? ਅਮਰਜੀਤ ਕਹਿੰਦੇ। ਅਮਰਜੀਤ, ਕਿਵੇਂ ਹੋਇਆ ਐਕਸੀਡੈਂਟ ਇਹ? ਕੀ ਕੰਮ ਕਰ ਰਿਹਾ ਸੀਗਾ ਬਿੱਕਰੀ? ਇਹ ਵਰਕਸ਼ਾਪ ਦਾ ਕੰਮ ਕਰ ਰਿਹਾ। ਹੋਰੇ ਕਿੰਨੇ ਵਜੇ ਹੋਇਆ ਐਕਸੀਡੈਂਟ ਇਹ? ਸਵਾ 7 ਮੰਨ ਲਓ। ਅਤੇ ਤੁਹਾਨੂੰ ਕਦੋਂ ਪਤਾ ਲੱਗਿਆ? ਸਾਨੂੰ ਤਾਂ ਤੜਕੇ ਪਤਾ ਲੱਗਿਆ, 7 ਵਜੇ। ਕੀ ਦੱਸਿਆ ਗਿਆ ਵੀ ਕਿਵੇਂ ਹੋਇਆ? ਪਤਾ ਹੀ ਨਹੀਂ ਜੀ, ਹਜੇ ਤਾਂ ਜਾਂਦੇ ਤੇ ਤਾਂ ਆ ਮੇਰੇ ਭਾਈ ਖੜੇ, ਮੇਰੇ ਚਾਚੇ ਦੇ ਮੁੰਡੇ, ਮੇਰੀ ਭੂਆ ਦਾ ਮੁੰਡਾ ਆ ਰਿਹਾ ਪਹਿਲਾਂ। ਸਾਨੂੰ ਤਾਂ ਉਰੋਂ ਪਤਾ ਲੱਗਿਆ, ਉਹ ਘਰੇ ਪਤਾ ਲੱਗਿਆ ਸੀ ਵੀ ਰਾਤ ਐਕਸੀਡੈਂਟ ਹੋ ਗਿਆ, ਸਾਨੂੰ ਤਾਂ ਧਰਤੀ ਮੁੱਕੇ ਦਾ। ਕਿੰਨੀ ਉਮਰ ਹੈ ਅਮਰਜੀਤ ਦੀ, ਆਪਣੀ ਬਿੱਕਰ ਦੀ? ਮੇਰਾ 30 ਸਾਲ ਦੇ ਨੇੜੇ। ਸ਼ਾਦੀਸ਼ੁਦਾ ਇਹ? ਹਾਂਜੀ ਹਾਂ, ਬੱਚੇ ਵੀ ਨੇ।
ਕਿੱਦਾਂ ਲੱਗਿਆ ਤੁਹਾਨੂੰ ਇਹ ਗਲਤੀ? ਕਿਸ ਦੀ ਲੱਗਦੀ ਹੈ? ਤੁਸੀਂ ਕੈਮਰੇ ਵੀ ਖੰਗਾਲੇ ਆ। ਇਹ ਗੱਡੀ ਡਰਾਈਵਰ ਦੀ ਗਲਤੀ, ਗੱਡੀ ਦੀ ਗਲਤੀ ਹੈ। ਤੇ ਕੋਈ ਮੁਲਾਜ਼ਮ ਤੁਹਾਡੇ ਹੱਥ ਆਇਆ? ਮੁਲਜ਼ਮ ਆਇਆ ਨਹੀਂ, ਪਰਦਾ ਕਰਨ ਲੱਗਿਆ। ਠੀਕ।